ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬ ਦੇ 5 ਨੌਜਵਾਨ ਕੁਵੈਤ ਵਿੱਚ ਫਸ ਗਏ ਨੇ ਹਾਲ ਇਹ ਹਨ ਕਿ ਨੌਜਵਾਨ ਰੋਟੀਓ ਵੀ ਆਵਾਜ਼ਾਰ ਹੋ ਪਏ ਨੇ ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ 5 ਪੰਜਾਬੀ ਨੌਜਵਾਨ ਖੁਦ ਨੂੰ ਕੁਵੈਤ ਵਿੱਚ ਫਸਿਆ ਦੱਸ ਕੇ ਮਦਦ ਦੀ ਗੁਹਾਰ ਲਗਾ ਰਹੇ ਨੇ ਇਹਨਾਂ ਨੌਜਵਾਨਾਂ ਵਿੱਚ ਪਠਾਨਕੋਟ ਤੋਂ 2 ਸਕੇ ਭਰਾ ਸੁਖਵਿੰਦਰ ਕੁਮਾਰ ਅਤੇ ਬਲਵਿੰਦਰ ਕੁਮਾਰ ਜਲੰਧਰ ਤੋਂ ਮਨਦੀਪ ਕਪੂਰਥਲਾ ਅਤੇ ਬਲਜੀਤ ਅਤੇ ਬਟਾਲਾ ਤੋਂ ਰਮੇਸ਼ ਕੁਮਾਰ ਹਨ ਜੋ 7 ਮਹੀਨੇ ਪਹਿਲਾਂ ਕਮਾਈਆਂ ਕਰਨ ਲਈ ਕੁਵੈਤ ਗਏ ਸਨ ਪਰ ਉੱਥੇ ਜਾ ਕੇ ਉਹ ਫਸ ਗਏ ਠੇਕੇਦਾਰ ਕੋਲ ਅਸੀਂ ਫਸ ਗਏ ਆ ਕੇ ਠੀਕ ਹੈ ਜੀ ਅਸੀਂ 5 ਬੰਦੇ ਹਾਂ ਜੀ ਅਤੇ 3 ਮਹੀਨੇ ਹੋ ਗਏ ਨਾ ਸਾਨੂੰ ਕੋਈ ਰੋਟੀ ਨਾ ਕੋਈ ਪੈਸਾ ਦਿੰਦਾ ਉੱਪਰੋਂ ਧਮਕੀਆਂ ਦਿੰਦੇ ਆ ਜੀ ਅਤੇ ਮੈਂ ਅੰਬੈਸੀ ਵੀ ਗਿਆ ਉੱਥੇ ਕੰਪਲੇਂਟ ਕੀਤੀ ਇੱਕ ਸੋਨ ਆਫਿਸ ਇਹ ਭਾਅ ਜੀ ਸਾਡੇ ਕੋਲ ਫਾਰਮ ਨੇ ਸੋਨ ਆਫਿਸ ਦੇ ਸਾਡੀ ਉੱਥੇ ਵੀ ਸੁਣਵਾਈ ਨਹੀਂ ਹੋਈ ਇਹਨਾਂ ਨੇ ਸਾਨੂੰ ਧਮਕੀ ਦਿੱਤੀ ਕਹਿੰਦੇ ਜੋ ਕੁਛ ਕਰਨਾ ਕਰ ਲਓ ਤੁਸੀਂ ਕੇਸ ਕਰਨਾ ਕੇਸ ਕਰ ਲਓ ਤੁਹਾਡੀ ਕਿਤੇ ਸੁਣਵਾਈ ਨਹੀਂ ਹੋਣੀ ਠੀਕ ਹੈ 3 ਮਹੀਨੇ ਵਿਹਲੇ ਬਿਠਾ ਦਿੱਤਾ ਕਹਿੰਦਾ ਵਿਹਲੇ ਬਹਿਣ ਤਾਂ ਮੈਂ ਪੈਸਾ ਨਹੀਂ ਦੇਣਾ ਜਿੱਥੇ ਮਰਜ਼ੀ ਕੇਸ ਕਰ ਲਓ ਜਿੱਥੇ ਮਰਜ਼ੀ ਚੱਲ ਲਓ ਜੋ ਕੁਛ ਮਰਜ਼ੀ ਕਰ ਲਓ ਕਹਿੰਦਾ ਮੈਂ ਕੋਈ ਪੈਸਾ ਨਹੀਂ ਦੇਣਾ ਆਪਾਂ ਐਂਬੈਸੀ ਗਏ ਉਹਨਾਂ ਨੇ ਵੀ ਨਹੀਂ ਸੁਣੀ ਸੋਨ ਆਫਿਸ ਗਏ ਇੱਥੇ ਉਹਨਾਂ ਨੇ ਵੀ ਨਹੀਂ ਸੁਣੀ ਠੀਕ ਆ ਹੁਣ ਇੱਥੇ ਫਸੇ ਹੋਏ ਹਾਂ ਅਸੀਂ ਰੋਟੀ ਖਾਣ ਨੂੰ ਪੈਸਾ ਨਹੀਂ ਹੈਗਾ 3 ਮਹੀਨੇ ਹੋ ਗਿਆ ਇੱਥੇ ਦੁਕਾਨ ਦੇ ਉੱਤੇ ਧਾਰ ਚੱਲਣ ਡਿਆ ਸਾਡਾ ਦੁਕਾਨਦਾਰ ਵੀ ਕਹਿੰਦਾ ਕਿ ਪੈਸੇ ਦਿਓ ਫਿਰ ਮਿਲਣਾ ਖਾਣ ਪੀਣ ਨੂੰ ਸੌਦਾ ਨਹੀਂ ਤਾਂ ਸੌਦਾ ਨਹੀਂ ਮਿਲਣਾ ਅਸੀਂ ਤਾਂ ਬਹੁਤ ਤੰਗ ਹਾਂ ਕਿਰਪਾ ਕਰਕੇ ਸਾਡੀ ਨਾ ਇਹ ਸੁਣਵਾਈ ਕਰਵਾਓ ਕਿਤੇ ਵੀ ਕਿੱਦਾਂ ਵੀ ਕਰਕੇ ਨਾ ਸਾਨੂੰ ਇੱਥੋਂ ਕਢਵਾਓ ਸਾਨੂੰ ਇੰਡੀਆ ਬੁਲਵਾਓ ਕੁਛ ਵੀ ਕਰੋ ਪੁੱਤਰ ਦੀ ਵੀਡੀਓ ਦੇਖ ਕੇ ਸੁਖਵਿੰਦਰ ਅਤੇ ਬਲਜਿੰਦਰ ਕੁਮਾਰ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਏ ਮਾਪਿਆਂ ਨੇ ਸਰਕਾਰ ਤੋਂ ਕਿਸੇ ਵੀ ਹਿੱਲੇ ਤੋਂ ਵਾਪਸ ਲਿਆਉਣ ਦੀ ਮੰਗ ਕੀਤੀ ਏ 7 ਮਹੀਨੇ ਹੋ ਗਿਆ ਕਿਹਦੇ 3-4 ਮਹੀਨੇ ਕੰਮ ਕੀਤਾ 3-4 ਵਿਹਲੇ ਹੋ ਗਿਆ 3-4 ਮਹੀਨੇ ਕਿਹਦੇ ਵਿਹਲੇ ਹੋ ਗਿਆ ਨਹੀਂ ਕੋਈ ਉਹਨਾਂ ਨੂੰ ਕੋਈ ਪੈਸਾ ਦਿੱਤਾ ਨਹੀਂ ਕੋਈ ਧੇਲਾ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹਨਾਂ ਦੇ ਫੋਨ ਚੁੱਕਦੇ ਨਹੀਂ ਉਹਨਾਂ ਨੂੰ ਘਰ ਭੇਜਦੇ ਬੱਚੇ ਬੇਚਾਰੇ ਰੋਂਦੇ ਨੇ ਮੇਰੇ ਕੋਲ ਦੇਖਣ ਨਹੀਂ ਹੁੰਦੇ ਕਹਿੰਦੇ ਮੰਮੀ 3-3 ਦਿਨ ਦੀ ਰੋਟੀ ਕਰਨੇ ਆਈ ਕਿੱਦਾਂ ਰਹੀਏ ਉੱਤੇ ਸਾਨੂੰ ਘਰ ਬੁਲਾ ਲਓ ਮੇਰੇ ਬੱਚਿਆਂ ਨੂੰ ਘਰ ਬੁਲਾ ਦਿਓ ਕੋਈ ਮੇਰੇ ਬੱਚਿਆਂ ਨੂੰ ਘਰ ਬੁਲਾ ਦਿਓ ਸਰਕਾਰ ਕੋਲ ਕੀ ਮੰਗੇ ਤੁਹਾਡੇ ਹਾਂਜੀ ਕਮਾਉਣ ਵਾਸਤੇ ਭੇਜੇ ਘਰ ਮੈਨੂੰ ਕੀ ਬਤਾਈ ਉੱਥੇ ਫਸ ਜਾਣਾ ਮੇਰੇ ਬੱਚਿਆਂ ਨੇ ਬਸ ਮੈਨੂੰ ਆਪਣੇ ਬੱਚੇ ਚਾਹੀਦੇ ਨੇ ਮੇਰੇ ਬੱਚੇ ਘਰ ਆ ਜਾਣ ਮੈਨੂੰ ਕੁਛ ਨੀ ਚਾਹੀਦਾ 7 ਮਹੀਨੇ ਹੋ ਗਏ 4 ਮਹੀਨੇ ਨਾਲ ਕੰਮ ਕੀਤਾ 2 ਮਹੀਨੇ ਨਾ ਪੈਸੇ ਕੱਟ ਲਏ ਵੀਹ ਬਾਕੀ 3 ਮਹੀਨੇ ਵਿਹਲੇ ਹੋ ਗਿਆ ਕੋਈ ਖਰਚਾ ਨਹੀਂ ਕੋਈ ਪਾਣੀ ਨਹੀਂ ਅਤੇ ਅਸੀਂ ਉਹ ਚਾਹੁੰਦੇ ਹਾਂ ਵੀ ਚਲੋ ਸਰਕਾਰ ਅੱਗੇ ਬੇਨਤੀ ਹੈ ਕਿ ਚਲੋ ਮਦਦ ਕਰਨ ਇਹਨਾਂ ਨੂੰ ਵਾਪਸ ਘਰ ਬੁਲਾਇਆ ਜਾਏ ਲੜਕੇ ਕਹਿੰਦੇ ਵੀ ਸਾਨੂੰ ਰੋਟੀ ਪਾਣੀ ਦੀ ਦਿੱਕਤ ਆ ਔਰ ਕੋਈ ਗੱਲ ਨਹੀਂ ਹੈ ਰੋਟੀ ਪਾਣੀ ਵਾਸਤੇ ਪੈਸਾ ਚਾਹੀਦਾ ਬਾਹਰ ਨਹੀਂ ਨਿਕਲ ਸਕਦੇ ਪਾਸਪੋਰਟ ਜਿਹੜੇ ਉਹ ਉੱਥੇ ਦਫ਼ਤਰ ਜਮ੍ਹਾਂ ਨੇ ਵੀਜ਼ੇ ਅਜੇ ਲੱਗੇ ਨਹੀਂ ਉਹਨਾਂ ਦੇ ਵੀਏ ਲੱਗਣਾ ਆਰਡੀ ਮਿਲੀ ਹੁੰਦੀ ਤਾਂ ਬਾਹਰ ਕਿਤੇ ਵੀ ਕੰਮ ਕਰ ਸਕਦੇ ਸੀ ਉਪਲਕਸ ਜਦੋਂ ਪਤਾ ਚੱਲਿਆ ਤਾਂ ਅਸੀਂ ਇੱਕ ਕੰਪਲੇਂਟ ਡੀਸੀ ਨੂੰ ਦਿੱਤੀ ਸੀ ਉਹਦਾ ਇਹ ਕੋਈ ਹੱਲ ਨਹੀਂ ਹੋਇਆ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼